ਕੁੱਤਾ ਥੋੜ੍ਹੀ ਅੱਗੇ ਆ ਗਿਆ, ਉਨੀ ਦੇਰ ਨੂੰ ਕੁੱਤਾ ਚੱਕ ਕੇ ਲੈ ਗਿਆ ਜੀ। ਹਾਂਜੀ, ਲੈਪਰ ਚੱਕ ਕੇ ਲੈ ਗਿਆ। ਹੁਣ ਸਾਲ ਦਾ ਇੱਕ ਬੱਚਾ ਹੈ, ਉਹਨੇ ਕਾਫੀ ਤੰਗ ਕੀਤਾ ਹੋਇਆ ਹੈ। ਕੋਈ ਕਦੀ ਗਾਂ ਨੂੰ ਮਾਰ ਦਿੰਦਾ, ਕਦੀ ਬੱਛੜੇ ਨੂੰ ਮਾਰ ਦਿੰਦਾ। ਇੱਦਾਂ ਮੈਨੂੰ ਨਹੀਂ ਲੱਗਦਾ ਕਿ ਉਹ ਦਿਨ ਵੀ ਦੂਰ ਨਹੀਂ ਕਿ ਜਦੋਂ ਬੰਦਿਆਂ 'ਤੇ ਵੀ ਅਟੈਕ ਸ਼ੁਰੂ ਕਰ ਦੂਗਾ ਉਹ। ਬੱਚੇ ਸਕੂਲ ਜਾਂਦੇ ਆ, ਸਾਡੇ ਬੱਚਿਆਂ ਨੇ ਇਕੱਠੇ ਹੋ ਕੇ ਜਾਣਾ ਹੁੰਦਾ, ਉਹਨਾਂ ਦਾ ਵੀ ਪਰੇਸ਼ਾਨੀ ਹੈ, ਕਿਹੜੇ ਵੇਲੇ ਕਿੱਧਰੋਂ ਨਿਕਲ ਕੇ ਆ ਜਾਵੇ, ਕੁਛ ਵੀ ਬੋਲਿਆ ਨਹੀਂ ਜਾ ਸਕਦਾ ਕਿ ਜ਼ਿਆਦਾ ਇੱਥੇ ਟਾਈਗਰ ਹੀ ਹੈਗਾ ਹੈ। ਹਾਂਜੀ, ਤੇਂਦੂਆ ਕਿਹੜਾ ਜਾਨਵਰ ਹੈਗਾ ਜੀ? ਅੱਜ ਕੱਲ੍ਹ ਇੱਥੇ ਜ਼ਿਆਦਾ ਸਾਡੇ ਇੱਧਰ ਤੇਂਦੂਆ ਹੀ ਹੈਗਾ ਜ਼ਿਆਦਾ, ਹੈ ਨਾ, ਉਹਦਾ ਮਤਲਬ ਕਿ ਬਹੁਤ ਡਰ ਹੈਗਾ ਸਾਨੂੰ। ਸਮੱਸਿਆ ਜ਼ਿਆਦਾਤਰ ਇਹੀ ਹੈ ਜੀ ਕਿ ਸਾਰੇ ਜਦੋਂ ਬਾਰਿਸ਼ ਆ ਜਾਂਦੀ ਹੈ ਅਤੇ ਚੋ ਚੜ੍ਹ ਜਾਂਦੇ ਆ, ਇੱਕ ਤਾਂ ਸਾਡੇ ਘਰ ਦੇ ਬਿਲਕੁਲ ਸਾਹਮਣੇ ਆ, ਅਗਰ ਕਿਸੇ ਬੱਚੇ ਦਾ ਮੰਨ ਲਓ ਐਗਜ਼ਾਮ ਹੀ ਹੋਵੇ ਜਾਂ ਕੋਈ ਕਿਸੇ ਨੂੰ ਇੰਪੋਰਟੈਂਟ ਕੰਮ ਹੋਵੇ, ਕੋਈ ਬੰਦਾ ਬਿਮਾਰ ਹੋਵੇ, ਉਹ ਆਰ ਪਾਰ ਨਹੀਂ ਜਾ ਸਕਦਾ ਜੀ। ਜਿਹੜਾ ਇੱਧਰ ਹੈ ਇੱਧਰ ਰਹਿ ਜਾਂਦਾ, ਉੱਧਰ ਵਾਲਾ ਉੱਧਰ ਰਹਿ ਜਾਂਦਾ ਹੈ, ਚੋਈਆਂ ਇੰਨੀਆਂ ਚੜ੍ਹ ਜਾਂਦੀਆਂ ਹੈ। ਕਿਸੇ ਨੂੰ ਇੰਪੋਰਟੈਂਟ ਕੰਮ ਹੈ ਤਾਂ ਉਹ ਜਿਲ੍ਹੇ ਤੱਕ 5-6 ਘੰਟੇ ਤੱਕ ਪਾਣੀ ਨਹੀਂ, ਉੱਤੋਂ ਦਾ ਅਗਲਾ ਆਰ ਪਾਰ ਨਹੀਂ ਹੋ ਸਕਦਾ। ਫਿਰ ਇੱਕ ਚੋਈ ਸਾਡੀ ਤੱਖਣੀ ਵਾਲੀ ਹੈ ਜੀ, ਉਹ ਪੁਲੀ ਕਿੰਨੇ ਸਾਲ ਹੋ ਗਏ, ਉਹਦੀ ਰਿਪੇਅਰ ਹੀ ਹੋਈ ਜਾ ਰਹੀ ਹੈ। ਰਿਪੇਅਰ ਵੀ ਕਾਹਦੀ ਹੋ ਰਹੀ ਹੈ, ਪੈਚ ਵਰਕਿੰਗ ਹੀ ਕਹਿ ਸਕਦੇ ਉਹਨੂੰ ਤਾਂ, ਅਤੇ ਉਹ ਵੀ ਹੁਣ ਪ੍ਰੋਪਰ ਟੁੱਟ ਚੁੱਕੀ ਹੈ। ਸੂਏ ਵਗੈਰਾ ਨਿਕਲੇ ਆਏ ਆ, ਐਡੇ ਟੋਏ ਪੈ ਚੁੱਕੇ ਆ। ਮੇਰੇ ਸਿਸਟਰ ਵੀ ਉੱਧਰੋਂ ਡੇਲੀ ਟਰੈਵਲ ਕਰਦੇ ਆ, ਤਾਂ ਸਾਨੂੰ ਇਹੀ ਟੈਨਸ਼ਨ ਰਹਿੰਦੀ ਹੈ ਕਿ ਆ ਜਾਣ, ਕਿਉਂਕਿ ਜਿੱਦਾਂ ਦਾ ਪਾਣੀ ਆਉਂਦਾ ਹੈ ਕਿ ਕੋਈ ਨਾ ਕੋਈ ਉੱਥੇ ਕਦੀ ਗੱਡੀ ਰੁੜ ਜਾਂਦੀ ਹੈ, ਕਦੀ ਕੋਈ ਬਾਈਕ ਰੁੜ ਜਾਂਦੀ ਹੈ। ਸੋ ਸਾਨੂੰ ਇਹੀ ਚਿੰਤਾ ਰਹਿੰਦੀ ਹੈ ਕਿ ਜਲਦੀ ਆ ਜਾਣ, ਉਹ ਵੀ ਘਰ ਸਹੀ ਸਲਾਮਤ ਆ ਜਾਣ। ਇਹੀ ਚੀਜ਼ਾਂ ਦੇਖਣ ਨੂੰ ਮਿਲਦੀਆਂ ਹੈ, ਬੱਚੇ ਸਕੂਲ ਨਹੀਂ ਜਾ ਸਕਦੇ ਹੈਗੇ। ਹੁਸ਼ਿਆਰਪੁਰ ਤੋਂ ਆਉਣ ਜਾਣ ਨੂੰ ਰਸਤਾ 13 ਕਿਲੋਮੀਟਰ ਦਾ ਰਸਤਾ ਹੈ ਜੀ, ਅਤੇ ਸਿਰਫ ਇੱਥੋਂ ਨਿਕਲੀ ਦਾ 5 ਕੁ ਮਿੰਟ ਦਾ ਰਸਤਾ ਵਧੀਆ, ਬਾਕੀ ਸਾਰਾ ਰਸਤਾ ਟੁੱਟਿਆ ਆ। ਡੇਢ ਘੰਟਾ ਆਰਾਮ ਨਾਲ ਲੱਗ ਜਾਂਦਾ ਹੈ, ਜੇ ਅਸੀਂ ਸਪੀਡ ਨਾਲ ਵੀ ਮੰਨ ਕੇ ਚੱਲੀਏ ਤਾਂ ਵੀ ਘੰਟਾ ਮੰਨ ਲੱਗ ਹੀ ਜਾਂਦਾ ਹੈ ਜੀ, ਇੰਨਾ ਮੰਦਾ ਹਾਲ ਹੈ ਰੋਡ ਦਾ ਤਾਂ ਇਸ ਟਾਈਮ ਜੀ। ਡੀਸੀ ਸਾਹਿਬ, ਪਿਛਲੀ ਬਰਸਾਤ ਤੋਂ ਬਾਅਦ ਵੀ ਆਏ ਸੀ, ਇਸ ਬਰਸਾਤ ਤੋਂ ਬਾਅਦ ਵੀ ਆਏ, ਜਾਇਜ਼ਾ ਲੈ ਕੇ ਗਏ, ਕਿਵੇਂ ਦੇਖਦੇ ਆ ਅਫਸਰ ਸ਼ਾਹੀ? ਹਾਂਜੀ, ਅਫਸਰ ਵੀ ਆਉਂਦੇ ਆ ਜੀ, ਆਸ਼ਵਾਸਨ ਦੇ ਕੇ ਚਲੇ ਜਾਂਦੇ ਆ, ਮਾੜੇ ਮੋਟੇ ਗੱਲਬਾਤ ਕਰਕੇ ਚਲੇ ਜਾਂਦੇ, ਲੋਕਾਂ ਨੂੰ ਵੀ ਇਹ ਹੋ ਜਾਂਦਾ ਕਿ ਚਲੋ ਕੋਈ ਆਇਆ ਹੈ ਉੱਪਰੋਂ। ਬਟ ਉਹੀ 1-2 ਦਿਨ ਤੱਕ ਗੱਲਾਂ ਹੁੰਦੀਆਂ ਆਪਸ 'ਚ ਕਿ ਹਾਂਜੀ ਆਏ ਸੀਗੇ, ਬਟ ਮੁੜ ਕੇ ਫਿਰ ਗੱਲ ਠੰਡੀ ਪੈ ਜਾਂਦੀ ਹੈ, ਨਾ ਕੋਈ ਉੱਪਰੋਂ ਜਵਾਬ ਆਉਂਦਾ ਹੈ, ਨਾ ਕੋਈ ਫਿਰ ਹੋਰ ਕਾਰਵਾਈ ਕੀਤੀ ਜਾਂਦੀ ਹੈ। ਬਸ ਫੋਟੋ ਤੱਕ ਹੀ ਸੀਮਿਤ ਰੱਖਿਆ ਜਾਂਦਾ ਹੈ ਕਿ ਇੱਕ ਫੋਟੋ ਖਿਚਵਾਉਣੀ ਹੈ ਅਤੇ ਅਖਬਾਰ ਤੱਕ ਆ ਜਾਵੇ ਖਬਰ ਕਿ ਅਸੀਂ ਪਹੁੰਚੇ ਸੀ ਉੱਥੇ। ਬਸ ਇੱਕ ਸੁਰਖੀ ਚਾਣਨ ਦੀ ਮੈਨੂੰ ਲੱਗਦਾ ਜਿੱਥੇ ਤੱਕ ਕਿ ਮਹਿਕਮਾ ਅੱਗੇ ਆਉਂਦਾ ਆ, ਮਸਲਾ ਨਹੀਂ ਹੱਲ ਹੁੰਦਾ ਜੀ, ਮਸਲਾ ਨਹੀਂ ਹੱਲ ਹੋ ਰਿਹਾ ਕਾਫੀ। ਹੁਣ ਤਾਂ ਅਸੀਂ ਆਸ ਛੱਡ ਹੀ ਚੁੱਕੇ ਹਾਂ ਇੱਕ ਹਿਸਾਬ ਨਾਲ, ਕਿਉਂਕਿ ਕੋਈ ਵੀ ਅਸੀਂ ਮਾਮਲਾ ਅੱਗੇ ਲੈ ਕੇ ਜਾਂਦੇ ਹਾਂ ਤਾਂ ਉਹ ਕਦੀ ਪੂਰਾ ਹੋਇਆ ਨਹੀਂ ਹੈਗਾ ਜੀ। ਕਿੰਨੀ ਕੁ ਦੇਰ ਤੋਂ ਇਹ ਕਾਜ਼ਵੇ ਦਾ ਇਹ ਹਾਲ ਇਸ ਤਰ੍ਹਾਂ ਹੈ? ਕਾਜ਼ਵੇ ਦਾ ਜਿਹੜੀ ਤਾਂ ਇਹ ਆਪਣੀ ਤੱਖਣੇ ਵਾਲੀ ਹੈ ਚੋਈ, ਇਹਨੂੰ ਤਾਂ ਕਾਫੀ ਸਾਲ ਹੀ ਹੋ ਗਏ ਆ, 4-5 ਸਾਲ ਤੋਂ ਵੀ ਜ਼ਿਆਦਾ ਹੀ ਹੋ ਗਏ ਆ ਟੁੱਟੀ ਹੋਈ ਨੂੰ। ਅਤੇ ਇਹ ਮਲੋਟ ਵਾਲੀ ਜਿਹੜੀ ਪੁਲੀ ਹੈ ਆਪਣੀ, ਵੀ ਸਾਡੇ ਘਰ ਤੋਂ ਕੋਈ 500-600 ਮੀਟਰ ਦੂਰ ਹੀ ਹੈ। ਇੱਥੇ ਪਿਛਲੇ ਸਾਲ ਵੀ ਇੱਕ ਹਾਦਸਾ ਹੁੰਦੇ ਹੁੰਦੇ ਰਹਿ ਗਿਆ, ਇੱਕ ਪੂਰੀ ਪਨ ਬੱਸ ਇੱਧਰੋਂ ਜਾਂਦੀ ਹਿਮਾਚਲ ਦੌਲਤਪੁਰ ਨੂੰ, ਉਹਦੇ ਵਿੱਚ ਵੀ ਕਾਫੀ ਸਵਾਰੀਆਂ ਸੀ, ਉਹ ਵਿੱਚ ਡਿੱਗ ਗਈ ਸੀਗੀ, ਬਚਾਅ ਹੋ ਗਿਆ ਕਾਫੀ ਲੋਕਾਂ ਦਾ, ਅਤੇ ਚੋਟ ਵਗੈਰਾ ਨਹੀਂ ਆਈ ਕਿਸੇ ਨੂੰ।
ਇੱਦਾਂ ਵੀ ਹੁੰਦਾ ਕਿ ਅਸੀਂ ਦੇਖਦੇ ਸੀ ਉੱਥੇ 10 ਮਿੰਟ ਖੜ੍ਹ ਜਾਈਏ ਕੋਈ ਨਾ ਕੋਈ ਡਿੱਗਦਾ ਸੱਟਾਂ ਲੱਗਦੀਆਂ? ਹਾਂਜੀ, ਇਹ ਤੁਸੀਂ ਇੱਕੋ ਤੱਖਣੀ ਵਾਲੀ ਉੱਥੇ ਚਲੇ ਜਾਓ ਪੁਲੀ 'ਤੇ, ਤੁਹਾਨੂੰ ਹਰ ਇੱਕ ਘੰਟੇ 'ਚ ਕੋਈ ਨਾ ਕੋਈ ਡਿੱਗਣਾ ਮਿਲੂਗਾ ਹੀ ਮਿਲੂਗਾ ਬੰਦਾ। ਜਿਹੜਾ ਅਣਜਾਣ ਬੰਦਾ, ਕਿਸੇ ਨੂੰ ਕਿਆ ਪਤਾ ਕਿ ਕਿੱਥੇ ਟੋਆ ਹੈ, ਕਿੱਥੇ ਕਿੱਲ ਹੈ, ਕਿਆ ਹੈ, ਉੱਥੇ ਸੂਏ ਨਿਕਲੇ ਹੋਏ ਆ ਸਲੈਬ ਵਿੱਚ। ਮੈਂ ਤਾਂ ਆਪਣੀ ਅੱਖੀ ਦੇਖੀ, 2-3 ਵਾਰ ਦੇਖਿਆ ਕੋਈ ਈ ਰਿਕਸ਼ਾ ਡਿੱਗ ਜਾਂਦਾ ਹੈ, ਕੋਈ ਜਨਾਨੀ ਡਿੱਗ ਜਾਂਦੀ ਹੈ, ਕਿਸੇ ਨੂੰ ਹੁਣ ਇੱਦਾਂ ਕਿਆ ਆਈਡੀਆ ਹੈਗਾ ਆ? ਸਾਡੇ ਤਾਂ ਕਈ ਰਿਸ਼ਤੇਦਾਰ ਵੀ ਮਨ੍ਹਾ ਕਰ ਜਾਂਦੇ ਕਿ ਤੁਹਾਡੇ ਕਿਆ ਹੋਣਾ, ਅਸੀਂ ਬਾਅਦ 'ਚ ਆਉਂਦੇ ਹਾਂ, ਚੋ ਪਹਿਲੇ ਚੜ ਜਾਂਦੇ ਆ। ਸੋ ਕਾਫੀ ਬਹੁਤ ਦਿੱਕਤ ਆਉਂਦੀਆਂ ਆ, ਕੋਈ ਬਿਮਾਰ ਹੋ ਜਾਂਦਾ ਜਾਂ ਕੋਈ ਪ੍ਰੈਗਨੈਂਟ ਲੇਡੀ। ਹਾਂਜੀ ਹਾਂਜੀ ਹਾਂਜੀ, ਇਹ ਵੀ ਬਹੁਤ ਦਿੱਕਤ ਹੈ ਜੀ। ਅਗਰ ਕੋਈ ਬਿਮਾਰ ਹੋ ਜਾਵੇ ਪਿੰਡ 'ਚ, ਕੋਈ ਐਸਾ ਕੋਈ ਡਾਕਟਰ ਦੀ ਕੋਈ ਐਸੀ ਸੁਵਿਧਾ ਵੀ ਹੈ ਨਹੀਂ ਗੀ, ਜੇ ਅਗਰ ਸ਼ਹਿਰ ਨੂੰ ਵੀ ਜਾਣਾ ਹੈਗਾ, ਨੇਰੇ ਸਵੇਰੇ ਬਹੁਤ ਦਿੱਕਤ ਹੈ ਜੀ, ਬਹੁਤ ਦਿੱਕਤ ਹੈ। ਇੱਥੇ ਸਾਡੇ ਘਰ ਦੇ ਸਾਹਮਣੇ ਵੀ ਕਾਫੀ ਵਾਰ ਚੋ ਆ ਜਾਂਦਾ ਹੈ, ਕੋਈ ਇੱਥੇ ਸਟਰੀਟ ਲਾਈਟ ਨਹੀਂ ਹੈਗੀ, ਇੰਨਾ ਹਨੇਰਾ ਰਹਿੰਦਾ ਆ ਉੱਥੇ। ਅੱਜ ਕੱਲ੍ਹ ਤਾਂ ਇੱਥੇ ਜੰਗਲੀ ਜਾਨਵਰ ਦੀ ਵੀ ਬਹੁਤ ਦੇਖਣ ਨੂੰ ਸਮੱਸਿਆ ਮਿਲ ਰਹੀ ਹੈ ਜੀ। ਕਿ ਕੱਲ੍ਹ ਦੀ ਗੱਲ ਹੀ ਹੈ ਕਿ ਕੱਲ੍ਹ ਮੈਂ ਰਨਿੰਗ ਲਈ ਗਿਆ ਸੀਗਾ ਮਲੋਟ ਵਾਲੇ ਰੋਡ 'ਤੇ, ਅਤੇ ਸਾਡਾ ਆਪਣਾ ਖੁਦ ਦਾ ਕੁੱਤਾ ਗਿਆ ਸੀ ਮੇਰੇ ਨਾਲ, ਅਤੇ ਮੇਰੇ ਮੰਮੀ ਜੀ ਮੇਰੇ ਸਿਸਟਰ ਇੱਧਰ ਨੂੰ ਅੱਗੇ ਨੂੰ ਗਏ ਹੋਏ ਸੀਗੇ ਸੈਰ ਕਰਨ। ਜਿੱਦਾਂ ਹੀ ਉਹ ਵਾਪਸ ਆਏ, ਕੁੱਤਾ ਥੋੜ੍ਹੀ ਅੱਗੇ ਆ ਗਿਆ, ਉਨੀ ਦੇਰ ਨੂੰ ਕੁੱਤਾ ਚੱਕ ਕੇ ਲੈ ਗਿਆ ਜੀ। ਹਾਂਜੀ, ਲੈਪੜ ਚੱਕ ਕੇ ਲੈ ਗਿਆ। ਹੁਣ ਮੰਮੀ ਉਹਨਾਂ ਦੀਦੀ ਨੇ ਦੇਖਿਆ ਸੀ, ਇੰਨਾ ਕਲੀਅਰ ਨਹੀਂ ਦੇਖ ਪਾਏ, ਇਹ ਤਾਂ ਚਲੋ ਕਹਿ ਰਹੇ ਸੀਗੇ ਕਿ ਕੁੱਤੇ ਦੇ ਸਾਈਜ਼ ਜਿੰਨਾ ਹੀ ਸੀਗਾ ਕੋਈ। ਹੁਣ ਦੂਰੋਂ ਕਾਫੀ ਦੂਰ ਤੋਂ ਦੇਖਿਆ ਨਾ, 500 ਮੀਟਰ ਦੂਰ ਤੋਂ, ਕਿ ਲੜਾਈ ਹੋ ਰਹੀ ਹੈ ਦੋ ਧਿਰਾਂ ਦੀ ਆਪਸ ਵਿੱਚ। ਅਤੇ ਫਿਰ ਅਸੀਂ ਜੰਗਲਾਤ ਵਾਲੇ ਗਾਰਡ ਨੂੰ ਫੋਨ ਕੀਤਾ, ਉਹਨਾਂ ਨੇ ਦੱਸਿਆ ਕਿ 1.5 ਸਾਲ ਦਾ ਇੱਕ ਬੱਚਾ ਹੈ, ਉਹਨੇ ਕਾਫੀ ਤੰਗ ਕੀਤਾ ਹੋਇਆ ਹੈ, ਕੋਈ ਕਦੀ ਗਾਈ ਨੂੰ ਮਾਰ ਦਿੰਦਾ ਹੈ, ਕਦੀ ਬੱਛੜੇ ਨੂੰ ਮਾਰ ਦਿੰਦਾ। ਇੱਦਾਂ ਮੈਨੂੰ ਨਹੀਂ ਲੱਗਦਾ ਕਿ ਉਹ ਦਿਨ ਵੀ ਦੂਰ ਨਹੀਂ ਕਿ ਜਦੋਂ ਬੰਦਿਆਂ 'ਤੇ ਵੀ ਅਟੈਕ ਸ਼ੁਰੂ ਕਰ ਦੂਗਾ ਉਹ। ਅਤੇ ਹੁਣ ਤਾਂ ਇਹ ਆਪਣੇ ਇਲਾਕੇ ਸੇਫ ਨਹੀਂ ਰਹੇ ਇਸ ਵੱਲੋਂ ਵੀ। ਹਾਂਜੀ ਹਾਂਜੀ, ਲੋਕ ਬਿਲਕੁਲ ਛੱਡ ਕੇ ਜਾ ਰਹੇ, ਕਿਉਂਕਿ ਸਹੂਲਤਾਂ ਨਹੀਂ ਹੈਗੀਆਂ ਜੀ ਇੱਥੇ, ਕੋਈ ਸਹੂਲਤ ਨਹੀਂ ਹੈਗੀ ਇੱਥੇ। ਦੇ ਸਵੇਰ ਕਿਸੇ ਨੂੰ ਲੋੜ ਪਏ ਸ਼ਹਿਰ ਨੂੰ ਨੱਠਣਾ ਪੈ ਰਿਹਾ। ਅਗਰ ਰੋਡ ਵੀ ਵਧੀਆ ਹੋਵੇ ਤਾਂ ਵੀ ਮਿਨੀਮਮ 20 ਮਿੰਟ ਲੱਗਣੇ ਚਾਹੀਦੇ, ਜਿੱਥੇ ਸਾਨੂੰ 1 ਘੰਟਾ ਲੱਗਦਾ ਹੈ ਜੀ। ਹਾਂਜੀ, ਮੰਗ ਕੋਈ ਅਪੀਲ ਕੀ ਰਿਕੁਐਸਟ ਸਰਕਾਰ ਨੂੰ? ਸਾਡੀ ਇਹੀ ਰਿਕੁਐਸਟ ਹੈਗੀ ਕਿ ਇੱਕ ਤਾਂ ਇਹ ਪੁਲੀਆਂ ਵੱਲ ਜਰਾ ਕੇ ਦੇਖਿਆ ਜਾਵੇ, ਦੇਖ ਕੇ ਤਾਂ ਉਹ ਕਾਫੀ ਵਾਰ ਗਏ ਆ, ਪਰ ਇੱਥੇ ਕਾਰਵਾਈ ਵੀ ਕੀਤੀ ਜਾਵੇ, ਇਹਨਾਂ ਨੂੰ ਬਣਾਇਆ ਜਾਵੇ, ਰਿਪੇਅਰ ਕੀਤਾ ਜਾਵੇ, ਜਿਹਦੀ ਰਿਪੇਅਰ ਹੋ ਸਕਦੀ ਉਹਦੀ ਰਿਪੇਅਰ ਕੀਤੀ ਜਾਵੇ, ਜਿਹਨਾਂ ਨੂੰ ਨਵੇਂ ਸਿਰੇ ਤੋਂ ਬਣਾਇਆ ਜਾਣਾ ਚਾਹੀਦਾ ਉਹਨਾਂ ਨੂੰ ਨਵੇਂ ਸਿਰੇ ਤੋਂ ਬਣਾਇਆ ਜਾਵੇ। ਅਤੇ ਕੀ ਨਾਮ ਆਪਣਾ? ਕੰਚਨ। ਕੰਚਨ ਜੀ, ਕਿੱਥੋਂ ਦੇ ਰਹਿਣ ਵਾਲੇ ਹੋ? ਪਿੰਡ ਮੈਂਗਰਵਾਲ ਦੇ ਰਹਿਣ ਵਾਲੇ ਆ। ਕੀ ਦਿੱਕਤਾਂ ਆ ਰਹੀਆਂ ਜੀ ਇੱਥੇ? ਸਾਡੇ ਇੱਥੇ ਮੇਨ ਦਿੱਕਤ ਹੈਗੀ ਯਾਰ ਕਿ ਸਾਡੇ ਰਸਤੇ ਦੀ ਬਹੁਤ ਪਰੇਸ਼ਾਨੀ ਹੈ, ਬਰਸਾਤਾਂ ਦੇ ਦਿਨ ਹੁੰਦੇ ਆ, ਸਾਡੇ ਘਰ ਦੇ ਸਾਰੇ ਆਪਣੇ ਕੰਮਾਂ ਕਾਰਾਂ 'ਤੇ ਜਾਂਦੇ ਆ ਬਾਹਰ, ਔਰ ਉਹਨਾਂ ਨੂੰ ਕਈ ਵਾਰ ਚੋ ਆ ਜਾਂਦਾ ਹੈ, ਫਿਰ ਉਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ, ਗਿਆ ਬੰਦਾ ਹੈ ਪਤਾ ਨਹੀਂ ਕਿੰਨਾ ਟਾਈਮ ਲੱਗ ਜਾਂਦਾ ਉਹਨਾਂ ਨੂੰ ਜਾਣ ਨੂੰ, ਔਰ ਆਉਣ ਵੇਲੇ ਜਾਣ ਆਉਣ ਵੇਲੇ ਮਤਲਬ ਇੰਨੀ ਪਰੇਸ਼ਾਨੀ ਹੁੰਦੀ ਹੈ, ਰਸਤੇ 'ਚ ਹੜ੍ਹ ਆਏ ਹੁੰਦੇ ਆ, ਰਸਤੇ ਟੁੱਟੇ ਆ ਸਾਰੇ, ਮਤਲਬ ਕਿ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈ, ਕਈ ਵਾਰ ਕਾਫੀ ਟਾਈਮ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ ਕਿ ਕਦੋਂ ਦੇ ਮਤਲਬ ਗਏ ਆ, ਕਿੰਨਾ ਟਾਈਮ ਲੱਗੂਗਾ, ਜ਼ਿਆਦਾ ਰਸਤੇ ਦੀ ਮਤਲਬ ਸਾਨੂੰ ਬਹੁਤ ਜ਼ਿਆਦਾ ਦਿੱਕਤ ਹੈਗੀ ਹੈ। ਸਾਡਾ ਇੱਧਰ ਨਾਲ ਹੀ ਇੱਕ ਹੈਗਾ ਹੈ, ਜਿਹੜੀਆਂ ਸਾਡੀਆਂ ਸਲੈਪਾਂ ਹੈਗੀਆਂ, ਪੁਲੀਆਂ ਹੈਗੀਆਂ ਤੱਖਣੀ ਵਾਲ ਸਾਈਡ ਜਾਂਦਿਆਂ ਨੂੰ ਹੈਗੀਆਂ, ਉੱਥੇ ਵੀ ਕੁਛ ਨਾ ਕੁਛ ਚੱਲਿਆ ਰਹਿੰਦਾ, ਰੋਜ਼ ਕੋਈ ਨਾ ਕੋਈ ਸਮੱਸਿਆ ਹੁੰਦੀ ਹੈ, ਬੱਚੇ ਸਾਡੇ ਸਕੂਲ ਪੜ੍ਹਦੇ ਹੈਗੇ, ਔਰ ਉਹਨਾਂ ਨੂੰ ਵੀ ਆਉਣ ਜਾਣ 'ਚ ਬੜੀ ਦਿੱਕਤ ਹੁੰਦੀ ਹੈ ਕਿ ਥੋੜ੍ਹੀ ਦੇਰ ਵੀ ਲੇਟ ਹੋ ਗਿਆ, ਸਾਨੂੰ ਤਾਂ ਡਰ ਰਹਿੰਦਾ ਹਰ ਟਾਈਮ ਕਿ ਪਤਾ ਨਹੀਂ ਕੁਛ ਵੀ ਹੋ ਗਿਆ, ਉੱਥੇ ਕੋਈ ਨਾ ਕੋਈ ਨਿਤ ਨਵੇਂ ਦਿਨ ਕੋਈ ਨਾ ਕੋਈ ਨਵਾਂ ਐਕਸੀਡੈਂਟ ਹੋਇਆ ਰਹਿੰਦਾ ਹੈ। ਲੇਡੀਜ਼ ਨੂੰ ਵੀ ਕ੍ਰੋਸ ਕਰਨ ਲਈ ਐਕਟਿਵਾ ਸਕੂਟਰ 'ਤੇ ਕੋਈ ਵੀ ਜਿਹੜੇ ਵਰਕਰ ਜਾਂਦੇ ਹੈਗੇ ਆ, ਸਭ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ। ਅਤੇ ਜਿਵੇਂ ਤੁਸੀਂ ਇੱਕ ਗ੍ਰਹਿਣੀ ਹੋ, ਘਰ ਸੰਭਾਲਦੇ ਹੋ, ਹਾਂਜੀ, ਅਤੇ ਜਿਵੇਂ ਬੀਬੀਆਂ ਬਤਾਵਾਂ ਭੈਣਾਂ ਬਾਜ਼ਾਰ ਜਾਣਾ ਪੈਂਦਾ, ਹਾਂਜੀ, ਕੋਈ ਬਿਮਾਰ ਹੋ ਜਾਂਦਾ ਹੈ, ਹਾਂਜੀ, ਉਹਨੂੰ ਲੈ ਕੇ ਜਾਣਾ ਜਾਂ ਖਬਰ ਲੈਣ ਦੇ ਲਈ ਜਾਣਾ ਪੈਂਦਾ, ਫਿਰ ਕਿੰਨੀਆਂ ਕੁ ਮੁਸ਼ਕਲਾਂ ਆਉਂਦੀਆਂ ਸਾਨੂੰ? ਬਸ ਮੇਨ ਮੁਸ਼ਕਲ ਜ਼ਿਆਦਾ ਇਹੀ ਹੁੰਦੀ ਹੈ ਕਿ ਸਾਡਾ ਇੱਕ ਤਾਂ
ਆਪਣੇ ਮਤਲਬ ਆਪਣੇ ਕਨਵੈਂਸ 'ਤੇ ਜਾਣਾ ਹੁੰਦਾ ਹੈ ਅਸੀਂ, ਔਰ ਰਸਤਾ ਸਾਰਾ ਟੁੱਟਾ ਫੁੱਟਾ ਹੁੰਦਾ ਹੈ, ਉਹਦੇ ਕਰਕੇ ਸਾਨੂੰ ਕਾਫੀ ਟਾਈਮ ਲੱਗ ਜਾਂਦਾ ਹੈ। ਇਲਾਜ ਦੇ ਵਿੱਚ ਤੇਰੀ ਹੋਣ ਨਾਲ ਕੋਈ ਨੁਕਸਾਨ ਵੀ ਹੋ? ਨੁਕਸਾਨ ਤਾਂ ਹੁੰਦਾ ਹੈ ਕਿ ਪਤਾ ਨਹੀਂ ਇੰਨਾ ਟਾਈਮ ਲੱਗ ਜਾਂਦਾ ਹੈ, ਬੰਦਾ ਜਿੱਥੇ 10 ਮਿੰਟ 'ਚ ਪੁੱਜਣਾ ਹੁੰਦਾ ਹੈ ਉੱਥੇ 1 ਘੰਟਾ ਲੱਗ ਜਾਂਦਾ ਹੈ, ਜਿਹਦੇ ਕਰਕੇ ਕਿ ਕੋਈ ਮਰੀਜ਼ ਹੈਗਾ ਹੈ ਜਾਂ ਕਿਸੇ ਨੂੰ ਦੇਖਣ ਜਾਣਾ ਹੈਗਾ, ਕੋਈ 2 ਮਿੰਟ ਦੀ ਦੇਰੀ ਕਰਕੇ ਕੁਛ ਵੀ ਹੋ ਸਕਦਾ ਹੈ, ਜਿਹਦੇ 'ਚ ਕਿ ਸਾਡੀ ਜਿਹੜੀ ਸਰਕਾਰ ਹੈਗੀ ਹੈ ਉਹਦੇ ਬਾਰੇ 'ਚ ਸਾਡੇ ਕੋਈ ਸਾਡਾ ਮਤਲਬ ਕਿ ਸਹਿਯੋਗ ਨਹੀਂ ਦਿੰਦੀ ਹੈ। ਕਦੇ ਕਦੇ ਆਉਂਦੇ ਆ, ਦਿਖਦੇ ਆ, ਸੁਣਦੇ ਆ, ਚਲੇ ਜਾਂਦੇ ਆ। ਡੀਸੀ ਸਾਹਿਬ 2 ਵਾਰੀ ਆਏ, ਜਾਇਜ਼ਾ ਲੈ ਕੇ ਗਏ, ਪਿਛਲੇ ਸਾਲ ਵੀ, ਇਸ ਸਾਲ ਵੀ, 3 ਸਾਲ ਦੇ ਕਰੀਬ ਹੋ ਗਿਆ ਸਰਕਾਰ ਬਣੀ ਨੂੰ, ਕਿਵੇਂ ਦੇਖਦੇ? ਹਾਂਜੀ, ਆਉਂਦੇ ਆ, ਬਸ ਥੋੜ੍ਹਾ ਦਿੱਖ ਸੁਣ ਲੈਂਦੇ ਆ, ਥੋੜ੍ਹਾ ਸਾਨੂੰ ਹੌਸਲਾ ਤਸੱਲੀ ਦੇ ਦਿੰਦੇ ਆ ਕਿ ਠੀਕ ਹੈ, ਅਸੀਂ ਤੁਹਾਡੇ ਨਾਲ ਹਾਂ, ਤੁਹਾਡੇ ਨਾਲ ਖੜ੍ਹੇ ਹਾਂ, ਅਸੀਂ ਕੁਛ ਨਾ ਕੁਛ ਵਧੀਆ ਕਰਾਂਗੇ। ਪਰ ਉਹ ਬਸ 1-2 ਦਿਨ ਤੱਕ ਸਾਰਾ ਗੱਲਾਂ ਬਾਤਾਂ ਵਿੱਚ ਹੀ ਸਿਮਟ ਜਾਂਦਾ ਹੈ, ਫੋਟੋਆਂ ਵਗੈਰਾ ਹੋ ਜਾਂਦੀਆਂ, ਗੱਲਾਂ ਬਾਤਾਂ ਹੋ ਜਾਂਦੀਆਂ, ਬਸ ਇਹਦੇ ਵਿੱਚ ਹੀ ਫਿਰ ਉੱਥੇ ਸਟੋਪ ਲੱਗ ਜਾਂਦਾ ਹੈ। ਅਤੇ ਪਤਾ ਲੱਗਿਆ ਵੀ ਭਾਈ ਸਾਹਿਬ ਨੇ ਦੱਸਿਆ ਵੀ ਅੱਜ ਕੱਲ੍ਹ ਲੈਪਰਡ ਨੇ ਵੀ ਕਾਫੀ ਪਰੇਸ਼ਾਨ ਕੀਤਾ। ਹਾਂਜੀ ਹਾਂਜੀ, ਬਹੁਤ ਪਰੇਸ਼ਾਨੀ ਹੈ ਜਾਨਵਰ ਦਾ, ਬਹੁਤ ਡਰ ਹੋ ਗਿਆ ਕਿ ਪਸ਼ੂ ਵਗੈਰਾ ਜਿੱਦਾਂ ਚੁਗਣ ਜਾਂਦੇ ਆ ਜਾਂ ਉਹਨਾਂ ਨੂੰ ਛੱਡਦੇ ਆ, ਉਹਨਾਂ ਦਾ ਵੀ ਪਤਾ ਨਹੀਂ ਕਿ ਸਵੇਰੇ ਛੱਡਿਆ ਕਿ ਸ਼ਾਮ ਨੂੰ ਵਾਪਸ ਆਉਣੇ ਕਿ ਨਹੀਂ, ਬੱਚੇ ਸਕੂਲ ਜਾਂਦੇ ਆ, ਸਾਡੇ ਬੱਚਿਆਂ ਨੇ ਇਕੱਠੇ ਹੋ ਕੇ ਜਾਣਾ ਹੁੰਦਾ, ਉਹਨਾਂ ਦਾ ਵੀ ਪਰੇਸ਼ਾਨੀ ਹੈ ਕਿਹੜੇ ਵੇਲੇ ਕਿੱਧਰੋਂ ਨਿਕਲ ਕੇ ਆ ਜਾਵੇ, ਕੁਛ ਵੀ ਬੋਲਿਆ ਨਹੀਂ ਜਾ ਸਕਦਾ ਕਿ ਜ਼ਿਆਦਾ ਇੱਥੇ ਟਾਈਗਰ ਹੀ ਹੈਗਾ ਹੈ। ਹਾਂਜੀ, ਤੇਂਦੂਆ ਕਿਹੜਾ ਜਾਨਵਰ ਹੈਗਾ ਜੀ ਇੱਥੇ? ਅੱਜ ਕੱਲ੍ਹ ਇੱਥੇ ਜ਼ਿਆਦਾ ਸਾਡੇ ਇੱਧਰ ਤੇਂਦੂਆ ਹੀ ਹੈਗਾ ਜ਼ਿਆਦਾ, ਹੈ ਨਾ, ਉਹਦਾ ਮਤਲਬ ਕਿ ਬਹੁਤ ਡਰ ਹੈਗਾ ਸਾਨੂੰ, ਹਰ ਕਿਸੇ ਨੂੰ, ਲੇਡੀਜ਼ ਨੂੰ ਵੀ ਡਰ ਹੈਗਾ, ਬੱਚਿਆਂ ਨੂੰ ਵੀ, ਬੱਚੇ ਸਕੂਲੇ ਜਾਂਦੇ ਆ ਉਹਨਾਂ ਨੂੰ ਵੀ ਮਤਲਬ ਕਿ ਡਰ ਹੁੰਦਾ ਹੈ ਕਿ ਉਹਨਾਂ ਨੇ ਸਕੂਲੇ ਜਾਣਾ ਹੈ, ਵਾਪਸ ਪਤਾ ਨਹੀਂ ਕਿੱਦਾਂ ਹੋਣਾ, ਕਿਆ ਹੋਣਾ, ਕੁਛ ਵੀ ਹੋ ਸਕਦਾ ਰਸਤੇ। ਹਾਂਜੀ, ਉਹਨਾਂ ਨੂੰ ਵੀ ਅਸੀਂ ਮਤਲਬ ਕਿਹਾ ਹੈਗਾ, ਇਹ ਸਭ ਨੇ ਕਿਹਾ, ਉਹ ਵੀ ਬਸ ਥੋੜ੍ਹਾ ਸੁਣ ਲੈਂਦੇ ਆ ਸਾਡੀ, ਪਰ ਉਹਦੇ 'ਚ ਮਤਲਬ ਕਿ ਉਹਨਾਂ ਨੇ ਕੋਈ ਗੌਰ ਨਹੀਂ ਕੀਤੀ ਕਿ ਜਾਨਵਰ ਘੁੰਮਦਾ ਹੈ, ਸਾਡਾ ਕੋਈ ਡਿਊਟੀ ਹੈਗੀ, ਅਸੀਂ ਦੇਖਣਾ ਉਹਨੂੰ, ਉਹਦੇ ਬਾਰੇ 'ਚ ਉਹਨਾਂ ਨੂੰ ਸੁਣ ਕੇ ਬਸ ਸਟੋਪ ਲੱਗ ਜਾਂਦਾ ਉੱਥੇ। 1-2 ਦਿਨ ਦੀ ਗੱਲ ਹੈਗੀ, ਇੱਥੇ ਸਾਡੇ ਨੇੜੇ ਤੇੜੇ ਹੀ ਨਾ ਜਾਂ ਲੈਪਰਡ ਘੁੰਮਦਾ ਪਿਆ ਤਾ, ਉਹਨੇ ਸਾਡੇ ਗੁਆਂਢੀ ਹੈਗੇ ਆ ਉਹਨਾਂ ਦੇ ਸੈਰ ਕਰਨ ਜਾਂਦੇ ਪਏ ਥੇ ਲੇਡੀਜ਼ 'ਤੇ, ਔਰ ਉਹਨਾਂ ਦਾ ਡੋਗੀ ਨਾਲ ਥਾ, ਉਹਨਾਂ ਦੇ ਹੱਥਾਂ ਦੇ ਸਾਹਮਣੇ ਉਹਨਾਂ ਦੇ ਡੋਗੀ ਨੂੰ ਉਠਾ ਕੇ ਲੈ ਗਏ। ਬਾਈ ਦੇਵੇ ਕੋਈ ਬੱਚਾ ਨਾਲ ਹੋਵੇ ਜਾਂ ਕੋਈ ਲੇਡੀਜ਼ ਜਾਂਦੀਆਂ ਹੋਣ, ਅਗਰ ਉਹਨਾਂ 'ਤੇ ਕੋਈ ਅਟੈਕ ਕਰ ਦੇਵੇ ਤਾਂ ਕੌਣ ਜ਼ਿੰਮੇਵਾਰ ਹੈਗਾ ਉਹਦਾ? ਬਸ ਸਰਕਾਰ ਤੋਂ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਜਿਹੜੀਆਂ ਵੀ ਸਾਡੀਆਂ ਸਮੱਸਿਆ ਹੈਗੀਆਂ ਆ ਉਹਨਾਂ ਨੂੰ ਸੁਣ ਕੇ ਉੱਥੇ ਛੱਡ ਨਾ ਦੇਣ, ਉਹਨਾਂ ਦਾ ਕੋਈ ਨਾ ਕੋਈ ਸੁਲਝਾ ਕਰਨ। ਸਾਡੇ ਰਸਤੇ ਦੀ ਇੰਨੀ ਪਰੇਸ਼ਾਨੀ ਹੈਗੀ ਹੈ, ਸਾਨੂੰ ਦਿੱਕਤ ਹੁੰਦੀ ਹੈਗੀ ਹੈ, ਹਰ ਇੱਕ ਚੀਜ਼ ਨੂੰ ਸੁਣ ਕੇ ਨੋਟ ਕਰਕੇ ਉੱਥੇ ਛੱਡ ਦੇਣਾ, ਇਹ ਗਲਤ ਗੱਲ ਹੈਗੀ ਹੈ। ਅਗਰ ਕੁਛ ਨਾ ਕੁਛ ਤਾਂ ਉਹਨਾਂ ਨੂੰ ਚਾਹੀਦਾ ਨਾ ਕਿ ਆਪਣੇ ਪਿੰਡ ਦਾ, ਸਾਡੇ ਸਾਈਡ ਵਾਲਾ ਏਰੀਆ, ਕੰਢੀ ਜਿਹਾ ਏਰੀਆ ਹੈਗਾ ਸਾਡਾ, ਸੁਣ ਕੇ ਪੁੱਛ ਕੇ ਚਲੇ ਜਾਣਾ, ਉਹਦੇ ਬਾਰੇ 'ਚ ਕੋਈ ਸਾਡਾ ਸੁਧਾਰ ਹੋਵੇ। ਅਸੀਂ ਤਾਂ ਜਿਵੇਂ ਜਿੱਜੋ ਦੇ ਇਲਾਕੇ 'ਚ ਗੱਡੀ ਰੁੜ ਗਈ ਸੀ ਕਾਫੀ, ਜਿਹੜੇ ਲੋਕ ਉਹਦੇ ਵਿੱਚ ਮਾਰੇ ਗਏ, ਇਸ ਤਰ੍ਹਾਂ ਦਾ ਹਾਦਸਾ ਨਾ ਹੋਵੇ, ਉਹਦੇ ਲਈ ਕੋਈ ਅਪੀਲ ਮੰਗ? ਬਸ ਸਾਡੀ ਇਹੀ ਮੰਗ ਹੈ ਕਿ ਸਾਡੇ ਰੋਡ ਦੀ ਰਿਪੇਅਰ ਕੀਤੀ ਜਾਵੇ, ਜਿਹਦੇ ਕਰਕੇ ਕਿ ਸਾਡੇ ਸਕੂਲ 'ਚ ਟੀਚਰਸ ਆਉਂਦੇ ਆ, ਉਹਨਾਂ ਦੀਆਂ ਗੱਡੀਆਂ ਰੁੜ ਜਾਂਦੀਆਂ, ਸਾਡੇ ਆਪਣੇ ਫੈਮਿਲੀ ਮੈਂਬਰਸ ਸਭ ਦੇ ਘਰਾਂ ਦੇ ਆਪਣੇ ਡਿਊਟੀਆਂ 'ਤੇ ਜਾਂਦੇ ਹੈਗੇ ਆ, ਉਹਨਾਂ ਦਾ ਕਿ ਉਹਦੇ ਕਰਕੇ ਕਿ ਸਾਡਾ ਰੋਡ ਦੀ ਜਿਹੜੀ ਹੈਗੀ ਹੈ ਉਹਦੀ ਮੁਰੰਮਤ ਕੀਤੀ ਜਾਵੇ। ਸਾਰਾ ਰੋਡ ਮਤਲਬ ਕਿ ਖਰਾਬ ਹੋ ਚੁੱਕਿਆ, ਟੁੱਟਿਆ ਟੁੱਟਿਆ ਫੁੱਟਿਆ ਸਾਰਾ।